ਭਗਵੰਤ ਮਾਨ ਨੂੰ ਚਾਹਣ ਵਾਲਿਆਂ ਲਈ ਉਹਨਾਂ ਦੇ ਫੈਨਸ ਦੇ ਲਈ ਤੇ ਜਿਹੜੇ ਇਹ ਚਾਹੁੰਦੇ ਆ ਕਿ ਮਾਨ ਸਾਹਿਬ 2022 ਦੇ ਵਿੱਚ ਮੁੱਖ ਮੰਤਰੀ ਬਣਨ ਉਹਨਾਂ ਦੇ ਲਈ ਚੰਗੇ ਸੰਕੇਤ ਮਿਲਨੇ ਸ਼ੁਰੂ ਹੋ ਗਏ ਆ। ਇਹ ਅਸੀਂ ਨਹੀਂ ਕਹਿ ਰਹੇ, ਸਾਡੇ ਦੁਆਰਾ ਕੀਤੇ ਗਏ 4 ਤਰ੍ਹਾਂ ਦੇ ਸਰਵੇ ਸਾਫ਼ ਤੌਰ 'ਤੇ ਦਿਖਾ ਰਹੇ ਆ। ਪੂਰੀ ਵੀਡੀਓ ਜ਼ਰੂਰ ਦੇਖ ਲਓ ਜੇ ਕਿਹੜੇ ਕਿਹੜੇ ਆਪਾਂ ਸਰਵੇ ਕੀਤੇ ਅਤੇ ਕੀ ਲੋਕਾਂ ਤੋਂ ਪੁੱਛਿਆ ਅਤੇ ਕਿਵੇਂ ਲੋਕ ਪੂਰੀ ਤਰ੍ਹਾਂ ਮਾਨ ਦੇ ਹੱਕ ਦੇ ਵਿੱਚ ਇਸ ਟਾਈਮ ਬੈਠ ਚੁੱਕੇ ਆ। ਵੀਡੀਓ ਦੇ ਖਤਮ ਹੁੰਦੇ ਹੁੰਦੇ ਤੁਹਾਨੂੰ ਪਤਾ ਲੱਗ ਜੂਗਾ। ਪਹਿਲਾ ਸਰਵਾ ਜੋ ਸਭ ਤੋਂ ਮੇਨ ਕੁਐਸਚਨ ਅਸੀਂ ਲੋਕਾਂ ਤੋਂ ਇੱਕ ਸਰਵੇ ਰਾਹੀਂ ਪੁੱਛਿਆ ਕਿ 2022 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਊਗਾ। ਅਸੀਂ ਇਸ ਦੇ ਵਿੱਚ 5 ਆਪਸ਼ਨਾਂ ਦਿੱਤੀਆਂ ਸੀ। ਪਹਿਲੀ ਆਪਸ਼ਨ ਦੇ ਵਿੱਚ ਅਸੀਂ ਸੁਖਬੀਰ ਬਾਦਲ ਦਾ ਨਾਮ ਦਿੱਤਾ ਸੀ। ਦੂਜੀ ਆਪਸ਼ਨ ਦੇ ਵਿੱਚ ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਦਿੱਤਾ ਸੀ। ਫਿਰ ਭਗਵੰਤ ਮਾਨ ਦਾ ਨਾਮ ਦਿੱਤਾ ਸੀ ਅਤੇ ਨਵਜੋਤ ਸਿੰਘ ਸਿੱਧੂ ਦਾ ਨਾਮ ਦਿੱਤਾ ਸੀ। ਤਾਂ ਇਸ ਸਰਵੇ ਦੇ ਵਿੱਚ 3200 ਲੋਕਾਂ ਨੇ ਵੋਟ ਕੀਤੀ। 10% ਸੁਖਬੀਰ ਬਾਦਲ ਨੂੰ ਵੋਟਾਂ ਮਿਲੀਆਂ, 2% ਕੈਪਟਨ ਨੂੰ ਵੋਟਾਂ ਮਿਲੀਆਂ ਅਤੇ ਖਾਸ ਗੱਲ ਆਪਣੇ ਮਾਨ ਸਾਹਿਬ ਦੇ ਲਈ 69% ਲੋਕਾਂ ਨੇ ਵੋਟਿੰਗ ਕੀਤੀ ਅਤੇ ਕਮੈਂਟਾਂ ਦੀ ਤਾਂ ਝੜੀ ਲਗਾ ਦਿੱਤੀ। ਕਮੈਂਟ ਅਣਗਿਣਤ ਮਾਨ ਸਾਹਿਬ ਦੇ ਹੱਕ ਦੇ ਵਿੱਚ ਦਿੱਤੇ। ਨਵਜੋਤ ਸਿੰਘ ਸਿੱਧੂ ਦੇ ਲਈ 15% ਅਤੇ ਕਿਸੇ ਹੋਰ ਬਾਰੇ 4% ਲੋਕਾਂ ਨੇ ਕਿਹਾ। ਇਸ ਤੋਂ ਕਲੀਅਰ ਹੋ ਗਿਆ ਕਿ ਮਾਨ ਸਾਹਿਬ ਨੂੰ ਲੋਕ ਕਿੰਨਾ ਇਸ ਟਾਈਮ ਪਸੰਦ ਕਰ ਰਹੇ ਆ। ਇਸੇ ਤਰ੍ਹਾਂ ਚੱਲਦਾ ਰਿਹਾ ਤਾਂ 2022 ਦੇ ਵਿੱਚ ਜ਼ਰੂਰ ਮਾਨ ਸਾਹਿਬ ਮੁੱਖ ਮੰਤਰੀ ਬਣਦੇ ਹੋਏ ਦਿਖਾਈ ਦੇਣਗੇ। ਦੂਜੇ ਸਰਵੇ ਦੇ ਵਿੱਚ ਅਸੀਂ ਕੁਐਸਚਨ ਪੁੱਛਿਆ ਕਿ ਤੁਹਾਡਾ ਮਨਪਸੰਦ ਲੀਡਰ ਕਿਹੜਾ। ਇਸ ਦੇ ਵਿੱਚ 4900 ਲੋਕਾਂ ਨੇ ਵੋਟਿੰਗ ਕੀਤੀ ਅਤੇ ਮਾਨ ਸਾਹਿਬ ਨੂੰ 78% ਲੋਕਾਂ ਨੇ ਵੋਟ ਦਿੱਤੀ। ਬਾਕੀ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਹੋਰਾਂ ਨੂੰ ਬਹੁਤ ਥੋੜ੍ਹੀਆਂ ਵੋਟਾਂ ਮਿਲੀਆਂ। ਤੀਜਾ ਕੁਐਸਚਨ ਸਾਡਾ ਦਿੱਲੀ ਨੂੰ ਲੈ ਕੇ ਸੀ, ਕਿਉਂਕਿ ਦਿੱਲੀ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ। ਅਸੀਂ ਪੁੱਛਿਆ ਸੀ ਕਿ ਦਿੱਲੀ ਦੇ ਵਿੱਚ ਕਿਸ ਦੀ ਸਰਕਾਰ ਬਣੂਗੀ, ਬੀਜੇਪੀ ਦੀ, ਆਮ ਆਦਮੀ ਪਾਰਟੀ ਦੀ ਜਾਂ ਕਾਂਗਰਸ ਦੀ। ਦੋਸਤੋ, ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ 88% ਲੋਕ ਆਮ ਆਦਮੀ ਪਾਰਟੀ ਦੇ ਨਾਲ ਦਿੱਲੀ ਦੇ ਵਿੱਚ ਖੜ੍ਹੇ ਆ। ਬਿਲਕੁਲ ਤੈਅ ਆ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰਨ ਦੇ ਲਈ ਬਿਲਕੁਲ ਤਿਆਰ ਆ, ਜੋ ਕਿ ਪੰਜਾਬ ਦੇ ਆਉਣ ਵਾਲੇ ਭਵਿੱਖ ਦੇ ਲਈ ਵੀ ਵਧੀਆ ਸੰਕੇਤ ਦੇਖੇ ਜਾ ਸਕਦੇ ਆ। ਨੰਬਰ 4 ਤੇ ਜਦੋਂ ਅਸੀਂ ਇੱਕ ਬਦਲ ਕੇ ਕੁਐਸਚਨ ਪੁੱਛਿਆ ਕਿ ਕਿਹੜਾ ਲੀਡਰ ਸਭ ਤੋਂ ਜ਼ਿਆਦਾ ਲਾਰੇ ਲਾਉਂਦਾ ਅਤੇ ਸ਼ੁਰਲੀਆਂ ਛੱਡਣ ਯਾਨੀ ਕਿ ਗੱਪ ਮਾਰਨ ਦੇ ਵਿੱਚ ਮਾਹਰ ਆ, ਤਾਂ ਇੱਥੇ ਆਪਣੇ ਸਭ ਦੇ ਮਨਪਸੰਦ ਸੁਖਬੀਰ ਬਾਦਲ ਹੋ ਰਹੇ ਨੇ ਬਾਜ਼ੀ ਮਾਰ ਲਈ। 58% ਲੋਕਾਂ ਨੇ ਸੁਖਬੀਰ ਬਾਦਲ ਦਾ ਨਾਮ ਇਸ ਮਾਮਲੇ ਦੇ ਵਿੱਚ ਲੈ ਦਿੱਤਾ। ਇਸ ਕੁਐਸਚਨ ਦੇ ਉੱਪਰ 4200 ਲੋਕਾਂ ਨੇ ਵੋਟਿੰਗ ਕੀਤੀ। ਸੁਖਬੀਰ ਬਾਦਲ ਨੂੰ ਸਭ ਤੋਂ ਜ਼ਿਆਦਾ 58% ਵੋਟਾਂ ਪਈਆਂ। ਤਾਂ ਆਪਾਂ ਸਾਫ਼ ਤੌਰ 'ਤੇ ਕਹਿ ਸਕਦੇ ਹਾਂ ਕਿ ਜਿੰਨੇ ਲੋਕ ਅੱਜ ਮਾਨ ਸਾਹਿਬ ਦੇ ਹੱਕ ਦੇ ਵਿੱਚ ਬੈਠੇ ਆ, ਉਹਨਾਂ ਲਈ ਜੋ ਵੋਟਿੰਗ ਕਰ ਰਹੇ ਆ, ਵਧੀਆ ਵਧੀਆ ਕਮੈਂਟ ਕਰ ਰਹੇ ਆ, ਜੇਕਰ ਇਸੇ ਤਰ੍ਹਾਂ ਹੀ ਉਹ 2022 ਦੇ ਵਿੱਚ ਜਾ ਕੇ ਮਾਨ ਸਾਹਿਬ ਦੇ ਹੱਕ ਦੇ ਵਿੱਚ ਵੋਟਾਂ ਪਾ ਦਿੰਦੇ ਆ ਤਾਂ ਜ਼ਰੂਰ ਮਾਨ ਸਾਹਿਬ ਜਿੱਤ ਪ੍ਰਾਪਤ ਕਰ ਲੈਣਗੇ। ਪਰ ਜੇਕਰ ਪਿਛਲੀ ਵਾਰ ਦੀ ਤਰ੍ਹਾਂ ਹੋਇਆ, ਜਿਵੇਂ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਹੀ ਮਾਨ ਸਾਹਿਬ ਨੂੰ ਕਾਫੀ ਪਿਆਰ ਦਿੱਤਾ ਸੀ, ਪਰ ਜਦੋਂ ਵੋਟਾਂ ਪਾਉਣ ਦੀ ਵਾਰੀ ਆਈ ਤਾਂ ਉਹਨਾਂ ਨੇ ਕਾਂਗਰਸ ਦੇ ਹੱਕ ਦੇ ਵਿੱਚ ਵੋਟਾਂ ਪਾ ਦਿੱਤੀਆਂ, ਤਾਂ ਫਿਰ ਆਪਾਂ ਕੁਝ ਕਹਿ ਨਹੀਂ ਸਕਦੇ। ਤੁਸੀਂ ਨੀਚੇ ਮਾਨ ਸਾਹਿਬ ਦੇ ਲਈ ਇੱਕ ਕਮੈਂਟ ਜ਼ਰੂਰ ਕਰਨਾ ਅਤੇ ਮਾਨ ਸਾਹਿਬ ਦਾ ਕਮੈਂਟਾਂ ਰਾਹੀਂ ਹੌਸਲਾ ਜ਼ਰੂਰ ਵਧਾਉਣਾ। ਆਪਾਂ ਨੂੰ ਇਸ ਵੀਡੀਓ ਦੇ ਵਿੱਚ ਮਾਨ ਸਾਹਿਬ ਦੇ ਲਈ 5000 ਲਾਈਕ ਚਾਹੀਦੇ ਆ, ਪਤਾ ਲੱਗ ਜੇ ਕਿ ਮਾਨ ਸਾਹਿਬ ਨੂੰ ਕਿੰਨਾ ਲੋਕ ਪਿਆਰ ਕਰ ਰਹੇ ਆ। ਇਸ ਤੋਂ ਇਲਾਵਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ।